ਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਆਂ ਵਿਅਦਬੀ ਦੇ ਮੁੱਦੇ ਤੇ ਰਾਜਨੀਤੀ ਕਰ ਰਹੇ ਹਨ ਕੈਪਟਨ ਤੇ ਬਾਦਲ ਕੁਲਤਾਰ ਸਿੰਘ ਸੰਧਵਾ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾਈ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਨੇ ਸੂਬੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਹੋ ਰਹੀ ਰਾਜਨੀਤੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੱਤਾਧਾਰੀ ਕਾਂਗਰਸ ਸਰਕਾਰ ਬਾਦਲ ਪਰਿਵਾਰ ਨੂੰ ਬਚਾਉਣ ਦੇ ਲਈ ਨਵੀਂ ਜਾਂਚ ਕਮੇਟੀ ਰਾਹੀਂ ਸਿਰਫ ਨਾਟਕ ਕਰ ਰਹੀ ਆ ਪੰਜਾਬ ਵਾਸੀਆਂ ਨੂੰ ਕੋਈ ਇਨਸਾਫ ਨਹੀਂ ਦੇ ਰਹੀ ਸਗੋ ਬਹਿਬਲ ਕਲਾ ਤੇ ਕੋਟਕਪੂਰਾ ਦੇ ਪੀੜਤਾਂ ਦੇ ਜਖਮਾਂ ਤੇ ਲੂਣ ਛਿੜਕਣ ਦਾ ਕੰਮ ਕਰ ਰਹੀ ਆ ਦੋਸਤੋ ਜੇਕਰ ਤੁਸੀਂ ਸੰਧਵਾ ਦੇ ਬਿਆਨ ਨਾਲ ਸਹਿਮਤ ਹੋ ਤਾਂ ਕਮੈਂਟ ਸੈਕਸ਼ਨ ਵਿੱਚ ਯੈਸ ਜ਼ਰੂਰ ਲਿਖੋ ਮੋਗਾ ਦੇ ਵਿੱਚ ਦੋ ਨੌਜਵਾਨਾਂ ਨੇ ਖੇਤਾਂ ਵਿੱਚ ਕੰਮ ਕਰ ਰਹੇ ਵਿਅਕਤੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਮੋਗਾ ਦੇ ਕਸਬਾ ਰਾਜਿਆਣਾ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਦਿਨ ਦਿਹਾੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਖੇਤਾਂ ਵਿੱਚ ਕੰਮ ਕਰ ਰਹੇ 22 ਸਾਲਾਂ ਦੇ ਕੇਵਲ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹ ਦੋਨੋਂ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਚਸ਼ਮਦੀਸ਼ਾ ਨੇ ਦੱਸਿਆ ਕਿ ਕੁਝ ਘੰਟੇ ਪਹਿਲਾਂ ਜਦੋਂ ਕੇਵਲ ਸਿੰਘ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਪਿੱਛੋਂ ਦੋ ਮੋਟਰਸਾਈਕਲ ਸਵਾਰ ਆਏ ਤੇ ਖੇਤਾਂ ਵਿੱਚ ਕੰਮ ਕਰ ਰਹੇ ਲੇਬਰ ਦਾ ਪਿਆ ਲਿਫਾਫਾ ਲੈ ਕੇ ਭੱਜਣ ਲੱਗੇ ਉਹਨਾਂ ਨੇ ਦੱਸਿਆ ਕਿ ਕੇਵਲ ਸਿੰਘ ਨੇ ਉਹਨਾਂ ਦਾ ਪਿੱਛਾ ਕੀਤਾ ਜਦੋਂ ਉਹਨਾਂ ਨੇ ਨੌਜਵਾਨਾਂ ਨੂੰ ਕੇਵਲ ਸਿੰਘ ਨੇ ਕਾਬੂ ਕਰ ਲਿਆ ਤਾਂ ਉਹਨਾਂ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ ਲਫਾਫੇ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰ ਰਹੀ ਲੇਬਰ ਦਾ ਖਾਣਾ ਸੀ ਅਗਲੀ ਵੱਡੀ ਖਬਰ ਆ ਦੋਸਤੋ ਕਿਸਾਨ ਮੋਰਚਿਆਂ ਵਿੱਚ ਮਨਾਇਆ ਗਿਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਜਾਨ ਹੂਲਵਾ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਨੇ ਦਿੱਲੀ ਟਿਕਰੀ ਮੋਰਚੇ ਤੇ ਪੰਜਾਬ ਵਿੱਚ ਵੀ ਵੱਖ-ਵੱਖ ਥਾਵਾਂ ਤੇ ਚੱਲ ਰਹੇ ਧਰਨਿਆਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੂਰਵ ਸ਼ਰਦਾ ਦੇ ਨਾਲ ਮਨਾਇਆ ਗਿਆ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਕੋਕਰੀਕਲਾ ਜਨਰਲ ਸਕੱਤਰ ਜਥੇਬੰਦੀ ਨੇ ਦੱਸਿਆ ਕਿ ਸਾਰੇ ਥਾਵਾਂ ਤੇ 2-2 ਮਿੰਟ ਦਾ ਮੌਨ ਧਰ ਕੇ ਗੁਰੂ ਜੀ ਦੀ ਮਹਾਨ ਕਲਣਾ ਨੂੰ ਸਜਦਾ ਕੀਤਾ ਗਿਆ ਬੁਲਾਰਿਆ ਵੱਲੋਂ ਉਹਨਾਂ ਦੀ ਲੋਕ ਪੱਖੀ ਕਲਣਾ ਤੇ ਮਿਸਾਲੀ ਕੁਰਬਾਨੀ ਬਾਰੇ ਚਾਨਣਾ ਪਾਉਂਦਿਆਂ ਜੈ ਜੈਕਾਰ ਕੀਤੀ ਗਈ 150 ਫੁੱਟ ਡੂੰਘੇ ਬੋਰਵੈਲ ਚੋਂ 9 ਘੰਟਿਆਂ ਬਾਅਦ ਸੁਰੱਖਿਅਤ ਬਾਹਰ ਕੱਢਿਆ ਗਿਆ 5 ਸਾਲਾਂ ਦਾ ਮਾਸੂਮ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਫੌਜ ਅਤੇ ਐਨਡੀਆਰਐਫ ਨੇ ਬੋਰਵੈਲ ਦੇ ਵਿੱਚ ਡਿੱਗੇ 5 ਸਾਲਾਂ ਬੱਚੇ ਸ਼ਿਵਾ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ ਕਰੀਬ 9 ਘੰਟਿਆਂ ਦੇ ਰੈਕਸਿਓਪਰੇਸ਼ਨ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ ਬੋਰਵੈਲ ਦੇ ਸਮਾਨ ਇੱਕ ਸੁਰੰਗ ਬਣਾਈ ਗਈ 100 ਫੁੱਟ ਦੀ ਦੂਰੀ ਤੇ ਜਾ ਕੇ ਟੋਇਆ ਬੱਚੇ ਦੇ ਖੋਦ ਕੇ ਬੱਚੇ ਨੂੰ ਰੈਕਸਿਓ ਕੀਤਾ ਗਿਆ ਇਹ ਕੜਨਾ ਆਗਰਾ ਦੇ ਨਿਬਰੂਹਾ ਖੇਤਰ ਦੇ ਇੱਕ ਪਿੰਡ ਦੀ ਆ ਬੋਰਵੈਲ ਦੇ ਵਿੱਚ ਡਿੱਗੇ ਸ਼ੇਵ ਨੂੰ ਐਨਡੀਆਰਐਫ ਤੇ ਫੌਜ ਦੀ ਸਾਂਝੀ ਕੋਸ਼ਿਸ਼ ਦੇ ਨਾਲ ਸਹੀ ਸਲਾਮਤ ਬਾਹਰ ਕੱਢਿਆ ਗਿਆ ਪ੍ਰਕਾਸ਼ ਸਿੰਘ ਬਾਦਲ ਜਾਂਚ ਟੀਮ ਅੱਗੇ ਪੇਸ਼ ਨਾ ਹੋਏ ਤਾਂ ਕਰਾਂਗੇ ਰੂਸ ਮੁਜਾਰੇ ਜ਼ਥੇਦਾਰ ਦਾਦੂਵਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ਼ਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਕੂਟਕਪੂਰਾ ਗੋਲੀ ਕਾਣ ਦੀ ਜਾਂਚ ਕਰ ਰਹੀ ਆਈਜੀਐਲ ਕੇ ਯਾਦਵ ਦੀ ਸਪੈਸ਼ਲ ਜਾਂਚ ਟੀਮ ਦੇ ਸਾਹਮਣੇ ਜੇਕਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਹੀਂ ਪੇਸ਼ ਹੋਣਗੇ ਤਾਂ ਸਿੱਖ ਜਥੇਬੰਦੀਆਂ 25 ਜੂਨ ਨੂੰ ਬਾਤਲਾਂ ਦੇ ਘਰ ਦੇ ਅੱਗੇ ਜਾ ਕੇ ਰੂਸ ਮੁਜ਼ਾਹਰਾ ਕਰਨ ਗੀਆਂ ਜਾਂਚ ਟੀਮ ਨੇ ਪ੍ਰਕਾਸ਼ ਬਾਦਲ ਨੂੰ ਇਸ ਜਾਂਚ ਵਿੱਚ ਪੁੱਛ ਕੇ ਲਈ ਸੰਮਣ ਜਾਰੀ ਕੀਤੇ ਸੀ ਪਰ ਬਾਦਲ ਨੇ ਸਿਹਤ ਨਾ ਠੀਕ ਹੋਣ ਦਾ ਬਹਾਨਾ ਲਾ ਕੇ ਜਾਂਚ ਟੀਮ ਨੂੰ ਸਹਿਯੋਗ ਦੇਣ ਤੋਂ ਮਨਾ ਕਰਤਾ ਜੋ ਬਹੁਤ ਹੀ ਮੰਦ ਭਾਗੀ ਗੱਲ ਹੈ ਕਿਉਂਕਿ ਕਾਨੂੰਨ ਸਾਰਿਆਂ ਦੇ ਲਈ ਇੱਕ ਬਰਾਬਰ ਹੈ ਦੁਕਾਨ ਦੇ ਬਾਹਰੋਂ ਸਮਾਨ ਲੈ ਕੇ ਮੋਟਰਸਾਈਕਲ ਸਵਾਰ ਫਰਾਰ ਕੰਨਾ ਦੇ ਰੇਲਵੇ ਰੋਡ ਦੇ ਇਲਾਕੇ ਵਿੱਚ ਇੰਨੀ ਦਿਨੀ ਦੁਕਾਨਾਂ ਦੇ ਬਾਹਰ ਰੱਖੇ ਸਮਾਨ ਨੂੰ ਚੋਕੇ ਲਜਾਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਕਈ ਗਰੋਹ ਲਗਾਤਾਰ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਸੋਮਵਾਰ ਨੂੰ ਰੇਲਵੇ ਰੋਡ ਸਥਿਤ ਮਿੱਤਲ ਮੈਗਾ ਮਾਰਟ ਦੇ ਬਾਹਰੋਂ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਚਾਹ ਪੱਤੀ ਦੀ ਇੱਕ ਪੇਟੀ ਚੁੱਕੀ ਤੇ ਫਰਾਰ ਹੋ ਗਏ ਅਗਲੀ ਵੱਡੀ ਖਬਰ ਆ ਦੋਸਤੋ ਅਮਰੀਕਾ ਜਾਣ ਵਾਲੇ ਵਿਦਿਆਰਥੀ ਨੂੰ ਨਹੀਂ ਪਵੇਗੀ ਕਿਸੇ ਟੀਕਾ ਸਰਟੀਫਿਕੇਟ ਦੀ ਲੋੜ ਇਸ ਖਬਰ ਦੇ ਵੱਲ ਰੁਖ ਕਰਨ ਤੋਂ ਪਹਿਲਾਂ ਦੋਸਤੋ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਤੁਸੀਂ ਕਿਹੜੇ ਦੇਸ਼ ਜਾਣਾ ਪਸੰਦ ਕਰੋਗੇ ਉਸ ਦਾ ਨਾਮ ਕਮੈਂਟ ਸੈਕਸ਼ਨ 'ਚੋਂ ਜ਼ਰੂਰ ਲਿਖੋ ਅਮਰੀਕਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੇ ਲਈ ਚੰਗੀ ਖਬਰ ਅਮਰੀਕੀ ਦੂਤਵਾਸ ਵਿੱਚ ਵਣਜ ਮਾਮਲਿਆਂ ਦੇ ਅਧਿਕਾਰੀ ਡਾਨ ਹੈਫਲਿਨ ਨੇ ਕਿਹਾ ਕਿ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਕਰੋਨਾ ਟੀਕਾ ਕਰਨ ਦੇ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੋਵੇਗੀ ਸਗੋਂ ਉਹ ਆਪਣੀ ਯਾਤਰਾ ਦੇ 72 ਘੰਟੇ ਪਹਿਲਾਂ ਕਰਵਾਈ ਗਈ ਕੋਵਿਡ-19 ਦੀ ਜਾਂਚ ਦੀ ਨੈਗੇਟਿਵ ਰਿਪੋਰਟ ਦੇਣ ਦੀ ਲੋੜ ਹੋਵੇਗੀ। ਵਾਇਰਸ ਮਹਾਮਾਰੀ ਕਾਰਨ ਲਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਉੱਚ ਸਿੱਖਿਆ ਲਈ ਅਮਰੀਕਾ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇ ਇੰਟਰਵਿਊ ਦਾ ਸਮਾਂ ਹਾਸਲ ਕਰਨ ਵਿੱਚ ਪਰੇਸ਼ਾਨੀ ਹੋਣ ਨਾਲ ਉਹਨਾਂ ਦੀ ਚਿੰਤਾ ਵਧੀ ਹੈ। ਦੂਤਾਵਾਸ ਦੂਤਾਵਾਸ ਨੇ ਕਿਹਾ ਕਿ ਉਹ ਸੋਮਵਾਰ ਤੋਂ ਭਾਰਤੀ ਵਿਦਿਆਰਥੀਆਂ ਨੂੰ ਇੰਟਰਵਿਊ ਦਾ ਸਲਾਟ ਦੇਣਾ ਸ਼ੁਰੂ ਕਰ ਦੇਣਗੇ। ਨਿਆਪਾਲਿਕਾ ਵਿੱਚ ਪੂਰਾ ਵਿਸ਼ਵਾਸ ਜਾਂਚ ਟੀਮ ਨੂੰ ਪੂਰਾ ਸਹਿਯੋਗ ਦੇਵਾਂਗਾ ਬਾਦਲ ਪੰਜਵਾਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਪਸ਼ਟ ਤੌਰ ਤੇ ਕਾਨੂੰਨ ਨਾਲ ਸਹਿਯੋਗ ਦੀ ਆਪਣੀ ਮਨਸ਼ਾ ਤੇ ਵਚਨਬੱਧਤਾ ਮੁੜ ਦੁਹرائی ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਨਿਆਂ ਪਾਲਿਕਾ ਵਿੱਚ ਪੂਰਾ ਵਿਸ਼ਵਾਸ ਹੈ ਸਿਹਤ ਨਾ ਠੀਕ ਹੋਣ ਦੇ ਕਾਰਨ ਐਸਆਈਟੀ ਅੱਗੇ ਪੇਸ਼ ਨਹੀਂ ਹੋਣਗੇ ਉਹਨਾਂ ਨੇ ਕਿਹਾ ਜੀ ਤੀਕ ਤਰੀਕ ਤੈਅ ਕਰਨ ਦੇ ਲਈ ਆਖਿਆ ਡਾਕਟਰਾਂ ਨੇ ਉਹਨਾਂ ਨੂੰ 10 ਦਿਨਾਂ ਲਈ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਉਹਨਾਂ ਨੇ ਕਿਹਾ ਜਦੋਂ ਮੇਰੀ ਸਿਹਤ ਠੀਕ ਹੁੰਦੀ ਤਾਂ ਉਹ ਕਾਨੂੰਨ ਮੁਤਾਬਕ ਆਪਣੀ ਰਿਹੈਸ਼ 플랫 넘버 37 सेक्टर 4 चंडीगढ़ ਦੇ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ ਹਾਜ਼ਰ ਰਹਿਣਗੇ ਬਾਦਲ ਨੇ ਆਸ ਪ੍ਰਗਟਾਈ ਹੈ ਕਿ ਉਹ ਐਸਆਈਟੀ ਪਹਿਲੀ ਐਸਆਈਟੀ ਦੇ ਉਲਟ ਕਾਨੂੰਨ ਦਾ ਸਨਮਾਨ ਕਰੇਗੀ ਤੇ ਇੱਕ ਨਿਰਪੱਖ ਜਾਂਚ ਕਰੇਗੀ ਤੇ ਸੱਤਾਧਾਰੀ ਪਾਰਟੀ ਦੇ ਸਿਆਸੀ ਦਖਲਅਗੇ ਗੋਡੇ ਨਹੀਂ ਟੇਕੇਗੀ ਕਿਉਂਕਿ ਸਰਕਾਰ ਆਪਣੇ ਸੌੜੇ ਸਿਆਸੀ ਹਿੱਤਾਂ ਵਾਸਤੇ ਕਾਨੂੰਨ ਨੂੰ ਸ਼ਿੱਕੇ ਤੇ ਟੰਗ ਰਹੀ ਹੈ ਆਸ ਹੈ ਕਿ ਨਵੀਂ ਸਿੱਟ ਸਿਆਸੀ ਦਬਾਅ ਦੇ ਹੇਠਾਂ ਝੂਠੀ ਕਹਾਣੀ ਦਹਰਾਣ ਤੋਂ ਗੁਰੇਜ਼ ਕਰੇਗੀ ਬਾਦਲ ਉਹਨਾਂ ਨੇ ਕਿਹਾ ਕਿ ਜਿਵੇਂ ਮੇਰੀ ਸਿਹਤ ਠੀਕ ਹੁੰਦੀ ਆ ਮੈਂ ਜਾ ਕੇ ਉਹਨਾਂ ਦੇ ਕੋਲੇ ਹਾਜ਼ਰ ਹੋ ਜਾਵਾਂਗਾ ਉਹਨਾਂ ਨੇ ਕਿਹਾ ਮੈਨੂੰ ਆਸ ਆ ਕਿ ਇਹ ਐਸਆਈਟੀ ਪਹਿਲੀ ਐਸਆਈਟੀ ਉਲਟ ਕਾਨੂੰਨ ਦਾ ਸਨਮਾਨ ਕਰੇਗੀ ਅਤੇ ਨਿਰਪੱਖ ਜਾਂਚ ਕਰੇਗੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸੈਟ ਦਾ ਵजूद ਵਿੱਚ ਹੀ ਪਿਛਲੀ ਸੈਟ ਦੇ ਨੰਗੇ ਚਿੱਟੇ ਸਿਆਸੀਕਰਨ ਕਾਰਨ ਆਈ ਸੀ ਸਰਦਾਰ ਬਾਦਲ ਨੇ ਕਿਹਾ ਕਿ ਪਿਛਲੀ ਸੈਟ ਦੇ ਨੰਗੇ ਚਿੱਟੇ ਸਿਆਸੀ ਵਤੀਰੇ ਦੀ ਨਖੇਦੀ ਜਿਸ ਕੀਤੀ ਜਿਸ ਕਾਰਨ ਸਾਰੀ ਜਾਂਚ ਪ੍ਰਕਿਰਿਆ ਟਹਿਟੇਰੀ ਹੋ ਗਈ। ਸਰਕਾਰ ਦੇ ਫੈਸਲੇ ਦਾ ਅਸਰ ਇਸ ਕੰਪਨੀ ਨੇ 14500 ਰੁਪਏ ਸਸਤੇ ਕੀਤੇ ਸਕੂਟਰ। ਸਰਕਾਰ ਵੱਲੋਂ ਫੇਮ 2 ਪਾਲਿਸੀ ਦੇ ਤਹਿਤ ਇਲੈਕਟ੍ਰੀਕਲ ਸਕੂਟਰਾਂ ਲਈ ਸਬਸਿਡੀ ਵਿਦਾਨ ਮਗਰੋਂ ਕੰਪਨੀ ਨੇ ਕੀਮਤਾਂ ਦੇ ਵਿੱਚ ਕਟੌਤੀ ਸ਼ੁਰੂ ਕਰ ਦਿੱਤੀ ਹੈ। ਇਲੈਕਟ੍ਰੀਕਲ ਵਹੀਕਲ ਚੂ ਨਾਮ ਚਮਕਾ ਰਹੀ ਐਥਰ એનર્ਜੀ ਨੇ ਆਪਣੇ एथर 450 ਤੇ X 450+ ਇਲੈਕਟ੍ਰੀਕਲ ਸਕੂਟਰ ਸਸਤੇ ਕਰ ਦਿੱਤੇ ਨੇ ਜਿਨ੍ਹਾਂ ਦੀ ਕੀਮਤ ਵਿੱਚ 14500 ਰੁਪਏ ਤੱਕ ਦੀ ਕਮੀ ਕੀਤੀ ਇੱਕ ਹੋਰ ਭਾਰਤੀ ਇਲੈਕਟ੍ਰਿਕ ਸਕੂਟਰ ਨਿਰਮਾਤਾ ਹੋਕੀਨਾਵਾ ਨੇ ਇਸ ਦਾ ਫਾਇਦਾ ਗਾਹਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ਾਂ ਕੀਤੀ ਹੈ 7500 ਤੋਂ 15000 ਰੁਪਏ ਦੀ ਕਟੌਤੀ ਕੀਤੀ ਜਾ ਰਹੀ ਹੈ ਨਵੇਂ ਪ੍ਰਵਾਸੀਆਂ ਦੇ ਕੈਨੇਡਾ ਆਉਣ ਦੀ ਰਫ਼ਤਾਰ ਮੁੜ ਘਟਣ ਲੱਗੀ 4 ਲੱਖ ਪ੍ਰਵਾਸੀਆਂ ਨੂੰ ਕੈਨੇਡਾ ਸੱਦਨ ਦਾ ਟੀਚਾ ਲੈ ਕੇ ਚੱਲ ਰਹੀ ਫੈਡਰਲ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਅਪ੍ਰੈਲ ਵਿੱਚ ਸਿਰਫ 21000 ਨਵੇਂ ਪ੍ਰਵਾਸੀ ਕੈਨੇਡਾ ਪਹੁੰਚ ਸਕੇ ਸਾਲ ਦਾ ਸਭ ਤੋਂ ਹੀਟਲਾ ਅੰਕੜਾ ਦੱਸਿਆ ਜਾ ਰਿਹਾ ਫਿਰ ਵੀ ਇਮੀਗ੍ਰੇਸ਼ਨ ਵਿਭਾਗ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਮੌਜੂਦਾ ਵਰੇ ਦੌਰਾਨ ਟੀਚੇ ਤਹਿ ਟੀਚੇ ਦੇ ਨੇੜੇ ਪਹੁੰਚਾ ਜਾ ਸਕਦਾ ਹੈ ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਵਿੱਚ 24680 ਨਵੇਂ ਪ੍ਰਵਾਸੀ ਕੈਨੇਡਾ ਪੁੱਜੇ ਤੇ ਫਰਵਰੀ ਵਿੱਚ ਇਹ ਅੰਕੜਾ 23000 ਸੀ ਤੇ ਮਾਰਚ ਵਿੱਚ 21000 ਰਹਿ ਗਿਆ ਕੈਨੇਡਾ ਅਮਰੀਕਾ ਦਾ ਬਾਰਡਰ ਖੋਲਣ ਦਾ ਫੈਸਲਾ ਮੁੜ ਟਲਿਆ ਕੈਨੇਡਾ ਅਮਰੀਕਾ ਦਾ ਬਾਰਡਰ ਖੁੱਲਣ ਦੀ ਉਡੀਕ ਕਰ ਰਹੇ ਲੋਕਾਂ ਨੂੰ ਉਸ ਵੇਲੇ ਬੇहद ਮਯੂਸੀ ਹੋਈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤਤ ਮਗਰੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਖ ਦਿੱਤਾ ਕਿ ਫਿਲਹਾਲ ਕੋਈ ਵੱਡਾ ਫੈਸਲਾ ਨਹੀਂ ਲਿਆ ਜਾ ਸਕਦਾ ਜੀ 7 ਸਮੇਲਨ ਦੀ ਸਮਾਪਤੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਨ ਟਰੂਡੋ ਨੇ ਕਿਹਾ ਕਿ ਜਮਿਨੀ ਸਰਹੱਦਾਂ ਹੀ ਬੇਰੋਕ ਆਵਾਜਾਈ ਖੋਲਣ ਦੇ ਮਸਲੇ ਤੇ ਗੱਲਬਾਤ ਜਾਰੀ ਰਹੇਗੀ ਪਰ ਪਹਿਲਾ ਕੈਨੇਡਾ ਵਾਸੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਸਿੱਖ ਵਿਰੋਧੀ ਦੰਗਿਆਂ ਦੇ ਦੋਚੀ ਨਰੇਸ਼ ਸ਼ਹਿਰਾਵਤ ਦੀ ਮੈਡੀਕਲ ਰਿਪੋਰਟ ਹਾਈ ਕੋਰਟ ਨੇ ਕੀਤੀ ਤਲਬ ਦਿੱਲੀ ਹਾਈ ਕੋਰਟ ਨੇ ਜੂਨ 1984 ਵਿੱਚ ਸਿੱਖ ਕਤਲੇਆਮ ਦੇ ਕੇਸਾਂ ਵਿੱਚ ਨਰੇਸ਼ ਸ਼ਹਿਰਾਵਤ ਦੀ ਸਜ਼ਾ 18 ਹਫ਼ਤਿਆਂ ਲਈ ਮੁਅਤਲ ਕਰਨ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਨਰੇਸ਼ ਸ਼ਹਿਰਾਵਤ ਦੀ ਡਾਕਟਰੀ ਰਿਪੋਰਟ ਤਲਬ ਕੀਤੀ ਐ ਜਸਟਿਸ ਨਵੀਨ ਚਾਵਲਾ ਦੀ ਅਗਵਾਈ ਵਾਲੇ ਬੈਂਚ ਨੇ ਮੈਡੀਕਲ ਰਿਪੋਰਟ ਅਤੇ ਸਟੇਟਸ ਰਿਪੋਰਟ 5 ਜੁਲਾਈ ਤੱਕ ਧਾਰਨ ਕਰਨ ਦੇ ਨਿਰਦੇਸ਼ ਦਿੱਤੇ ਨੇ ਸੁਣਵਾਈ ਦੌਰਾਨ ਸ਼ਹਿ ਵਰਤ ਦੀ ਵਕੀਲ ਧਰਮ ਰਾਜ ਉਹਲਾਰ ਨੇ ਕਿਹਾ ਕਿ ਪਟੀਸ਼ਨ ਕਰਤਾ ਦਾ ਜਿਗਰ 90% ਨੁਕਸਾਨਿਆ ਹੋਇਆ ਪਟੀਸ਼ਨ ਕਰਤਾ ਦੀ ਸਿਹਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਅਜਿਹੀ ਸਥਿਤੀ ਵਿੱਚ ਪਟੀਸ਼ਨ ਕਰਤਾ ਦੇ ਜਿਗਰ ਅਤੇ ਗੁਰਦੇ ਨੂੰ ਤੁਰੰਤ ਟ੍ਰਾਂਸਪਲੈਂਟ ਦੀ ਲੋੜ ਹੈ ਜਿਗਰ ਅਤੇ ਗੁਰਦੇ ਆ ਸਫਲ ਹੋਣ ਦੀ ਸਥਿਤੀ ਵਿੱਚ ਵਿਸ਼ੇਸ਼ ਪੋਸ਼ਣ ਅਤੇ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਟੀਮਾਰਦਾਰੀ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਜੇਲ੍ਹ ਦੇ ਵਿੱਚ ਸੰਭਵ ਨਹੀਂ ਜੇ ਸਹੀ ਇਲਾਜ ਤੇ ਦੇਖਭਾਲ ਨਾ ਕੀਤੀ ਗਈ ਤਾਂ ਉਸ ਦੀ ਮੌਤ ਹੋ ਸਕਦੀ ਹੈ ਅਦਾਲਤ ਦੇ ਵੱਲੋਂ ਲਾਈਆਂ ਗਈਆਂ ਸ਼ਰਤਾਂ ਦੀ ਉਹ ਪਾਲਣਾ ਕਰੇਗਾ ਅਗਲੀ ਵੱਡੀ ਖਬਰ ਆ ਦੋਸਤੋ ਹੰਕਾਰੀ ਰਾਜਾ ਰਾਜਵੀ ਗਵਾਉਂਦੇ ਤੇ ਪਰਿਵਾਰ ਵੀ ਇਹ ਹੀ ਮੋਦੀ ਸਰਕਾਰ ਨਾਲ ਹੋਣਾ ਸੱਤਾ ਵੀ ਜਾਣੀ ਆ ਤੇ ਕਾਨੂੰਨ ਰੱਦ ਵੀ ਕਰਨਗੇ ਚੜੂਨੀ ਖੇਤੀ ਕਾਨੂੰਨਾਂ ਤੇ ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਪਿਛਲੇ 6 ਮਹੀਨਿਆਂ ਤੋਂ ਪੂਰੇ ਜੋਸ਼ ਨਾਲ ਚੱਲ ਰਿਹਾ ਜਿਸ ਦਾ ਪ੍ਰਭਾਵ ਭਾਜਪੀ ਦੀ ਸੱਤਾ ਤੇ ਪੈ ਰਿਹਾ ਮੋਦੀ ਸਰਕਾਰ ਆਪਣੀ ਜਿੱਦ ਤੇ ਅੜੀ ਆ ਤੇ ਕਿਸਾਨ ਆਪਣੀਆਂ ਮੰਗਰ ਦੇ ਹੱਕਾਂ ਨੂੰ ਲੈ ਕੇ ਅੱਜ ਵੀ ਦਿੱਲੀ ਦੀਆਂ ਬਰੂਹਾਂ ਤੇ ਡਟੇ ਹਨ ਇਸ ਤੇ ਮਤੇ ਨਜ਼ਰ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਚੰਦੀਗੜ੍ਹ ਪੂਜੇ ਤੇ ਕੇਂਦਰ ਸਰਕਾਰ ਤੇ ਆਉਂਦਾ ਹੀ ਤਿੱਕਾ ਹਮਲਾ ਕਰਦਾ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਜੀ ਇਹ ਖੁਦਾ ਤੇ ਖੂਦੀ ਦਾ ਵੈਰ ਹੈ ਉਹਨਾਂ ਨੇ ਕਿਹਾ ਭਾਜਪਾ ਹੰਕਾਰ ਤੇ ਵਿੱਚ ਬੈਠੀ ਆ ਹਾਠੀ ਰਾਜਾ ਰਾਜੀ ਗਾਉਂਦਾ ਏ ਤੇ ਪਰਿਵਾਰ ਵੀ ਉਹਨਾਂ ਦਾ ਕਹਿਣਾ ਹੈ ਕਿ ਇਹ ਭਾਜਪਾ ਦੇ ਨਾਲ ਹੋਣੀ ਆ ਰਾਜੀ ਜਾਵੇਗਾ ਤੇ ਗੱਲ ਵੀ ਮੰਨਣਗੇ ਬੀਜੇਪੀ ਜੜੋ ਖਤਮ ਹੋ ਜਾਵੇਗੀ ਮੌਸਮ ਵਿਭਾਗ ਦਾ ਪੰਜਾਬ ਹਰਿਆਣਾ ਦੇ ਲਈ ਔਰੇਂਜ ਅਲਰਟ ਤੇਜ਼ੀ ਦੇ ਨਾਲ ਵੱਧ ਰਿਹਾ ਮਾਨਸੂਨ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਮਾਨਸੂਨ ਨੇ दस्तक ਦੇ ਦਿੱਤੀ ਹੈ ਸ਼ਾਇਦ ਇਹ ਕਦੇ ਮਾਨਸੂਨ 25 ਜੂਨ ਤੋਂ ਪਹਿਲਾਂ ਪੱਛਮ ਵਾਲੇ ਪਹਾੜੀ ਖੇਤਰਾਂ ਵਿੱਚ ਪੁੱਜਦਾ ਹੋਵੇ ਪਰ ਇਸ ਵਾਰ ਮਾਨਸੂਨ ਨੇ ਪਹਾੜੀ ਖੇਤਰਾਂ ਵਿੱਚ ਸਮੇਂ ਤੋਂ ਪਹਿਲਾਂ ਦਸਤਕ ਦੇ ਦਿੱਤੀ ਸੋਮਵਾਰ ਤੋਂ ਇਹ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਹਵਾਵਾਂ ਉੱਤਰਾਖੰਡ ਜੰਮੂ ਕਸ਼ਮੀਰ ਲਦਾਖ हिमाचल प्रदेश ਦੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਪਹੁੰਚ ਗਈਆਂ ਹਨ ਆਈਐਮਡੀ ਦੇ ਅੰਦਾਜ਼ੇ ਅਨੁਸਾਰ ਅਗਲੇ 2-3 ਦਿਨਾਂ ਦੇ ਤੱਕ ਉੱਤਰ-ਪੱਛਮ ਭਾਰਤ ਦੇ ਕਈ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਦਿੱਲੀ ਹਰਿਆਣਾ ਪੰਜਾਬ ਚੰਡੀਗੜ੍ਹ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਅੱਗੇ ਵਧਣ ਨਾਲ ਅਸਮਾਨੀ ਬਿਜਲੀ ਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਇਸ ਲਈ ਆਈਐਮਡੀ ਦੇ ਵੱਲੋਂ ਯਾਨੀ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਵੱਲੋਂ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਭਾਜਪਾ ਸਰਕਾਰ ਕਿਸਾਨਾਂ ਦਾ ਪਰਖ ਰਹੀ ਹੈ ਸਬਰ। ਕਿਸਾਨ ਅੰਦੋਲਨ ਦੇ ਦਿੱਲੀ ਬਾਰਡਰ ਤੇ 200 ਦਿਨ ਪੂਰੇ। ਸੰਯੁਕਤ ਕਿਸਾਨ ਮੋਰਚਾ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਰਵੱਈਏ ਦੇ ਤਹਿਤ ਜਾਰੀ ਨੀਤੀਆਂ ਦੀ ਸਖਤ ਨਕੇਦਹੀ ਕਰਦਾ ਹੈ ਵਿੱਤ ਮੰਤਰਾਲੇ ਨੇ। ਉਹਨਾਂ ਰਾਜਾਂ ਸਬੰਧੀ ਕੁਝ ਸ਼ਰਤਾਂ ਠੋਸੀਆਂ ਹਨ ਜਿਹੜੇ ਖੇਤੀਬਾੜੀ ਅਤੇ ਕਿਸਾਨਾਂ ਨੂੰ ਬਿਜਲੀ ਸਬਸਿਡੀ ਪ੍ਰਦਾਨ ਕਰਦੇ ਹਨ ਕਈ ਇਸ ਨੀਤੀ ਦੇ ਵਿੱਚ ਰਾਜਾਂ ਦੀਆਂ ਸਰਕਾਰਾਂ ਨੂੰ ਖੇਤੀਬਾੜੀ ਸਮੇਤ ਕੁਝ ਸ਼ਰਤਾਂ ਤੇ ਕਰ ਗੁਜ਼ਾਰੀ ਤੇ ਮਾਪ ਡੰਡਾ ਦੇ ਆਧਾਰ ਤੇ ਵਾਧੂ ਉਧਾਰ ਦੇਣ ਦੀ ਪੇਸ਼ਕਸ਼ ਕੀਤੀ ਆ ਸਕੋਰਿੰਗ ਪ੍ਰਣਾਲੀ ਦੇ ਵਿੱਚ ਉਹਨਾਂ ਰਾਜ ਨੂੰ ਵਧੇਰੇ ਅੰਕ ਦੇਣਾ ਸ਼ਾਮਲ ਹੈ ਜਿਨ੍ਹਾਂ ਕੋਲ ਖੇਤੀਬਾੜੀ ਕਨੈਕਸ਼ਨ ਲਈ ਬਿਜਲੀ ਸਬਸਿਡੀ ਨਹੀਂ ਹੈ ਕੇਂਦਰ ਸਰਕਾਰ ਦੇ ਬਿਜਲੀ ਸੋਧ ਬਿੱਲ 220 ਦੇ ਡਰਾਫਟ ਚ ਸਬਸਿਡੀਆਂ ਨੂੰ ਖਤਮ ਕਰਨਾ ਦੀਆਂ ਅਜਹੀਆਂ ਤਜਵੀਜ਼ਾਂ ਮੌਜੂਦ ਹਨ ਖੇਤੀ ਸਬਸਿਡੀ ਦੇ ਖਾਤਮੇ ਲਈ ਨਵਾਂ ਤਾਣਾ ਬੁਣਿਆ ਹੈ ਤੇ ਕੇਂਦਰ ਸਰਕਾਰ ਨੇ ਬਿਜਲੀ ਸੋਧ ਬਿੱਲ 2020 ਦਾ ਮੰਤਵ ਪੂਰਨ ਲਈ ਇਹ ਤਾਜ਼ਾ ਚਾਲ ਚੱਲੀ ਹੈ ਕੇਂਦਰ ਸਰਕਾਰ ਮੁੜ ਬੈਠਕ ਲਈ ਹਾਮੀ ਨਹੀਂ ਭਰਦੀ 11 ਬੈਠਕਾਂ ਬੇਨਤੀਜਾ ਰਹਿਣ ਦੇ ਮਗਰੋਂ ਹੁਣ ਸਰਕਾਰ ਗੱਲ ਹੀ ਨਹੀਂ ਸੁਣਦੀ ਜੇਕਰ ਕਿਸਾਨ ਸਖਤ ਰੁਖ اختیار ਕਰਨ ਤਾਂ ਕੀ ਹੋਵੇਗਾ ਸਰਕਾਰ ਦਾ ਰਵਈਆ ਅੰਦੋਲਨ ਦਾ ਭਵਿੱਖ ਕੀ ਆ ਜੀ ਇਹ ਤਾਂ ਹੁਣ ਸਮਾਂ ਹੀ ਦੱਸੇਗਾ। ਰੋਪੜ ਦਾ ਫੌਜੀ ਜਵਾਨ ਅਰੂਨਾਚਲ ਪ੍ਰਦੇਸ਼ ਵਿੱਚ ਗਸ਼ਤ ਦੌਰਾਨ ਹੋਇਆ ਸ਼ਹੀਦ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਗਨੂਰਾ ਦਾ ਵਸਨੀਕ ਫੌਜੀ ਜੋ ਚੀਨ ਦੇ ਨੇੜੇ ਪੈਂਦੇ ਅਰੂਨਾਚਲ ਪ੍ਰਦੇਸ਼ ਦੇ ਵਿੱਚ 20 ਸਿੱਖ ਰੈਜੀਮੈਂਟ ਵਿੱਚ ਤਾਇਨਾਤ ਸੀ ਆਪਣੇ ਵੀ ਫੌਜੀ ਜਵਾਨਾਂ ਨਾਲ ਸਰਹੱਦ ਤੇ ਗਸ਼ਤ ਸੀ। ਇਸ ਵੇਲੇ ਸਾਹ ਲੈਣ ਦੇ ਵਿੱਚ ਸਮੱਸਿਆ ਪੇਸ਼ ਆਉਣ ਤੋਂ ਬਾਅਦ ਉਸ ਦੀ ਸ਼ਹਾਦਤ ਹੋ ਗਈ। ਫੌਜੀ ਅਫਸਰ ਨੇ ਫੋਨ ਕਰਕੇ ਦੱਸਿਆ ਕਿ ਉਸ ਦਾ ਪੁੱਤਰ ਫੌਜ ਦੀ ਟੁਕੜੀ ਨਾਲ ਵਕ ਵਕ ਚੌਕੀਆਂ ਤੇ ਗਸ਼ਤ ਸੀ ਜਿੱਥੇ ਆਕਸੀਜਨ ਦੀ ਕਮੀ ਪੇਸ਼ ਆਈ ਤਾਂ ਮੁਰਦ ਲਈ ਸਹਾਇਤਾ ਦਿੱਤੀ ਗਈ ਪਰ ਫਿਰ ਵੀ ਉਸ ਦੀ ਜਾਨ ਚਲੀ ਗਈ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਸੂਬੇ ਦੇ ਸਕੂਲਾਂ ਲਈ ਵੱਡਾ ਐਲਾਨ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਕੂਲ ਸਿੱਖਿਆ ਵਿਭਾਗ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 40.26 ਕਰੋੜ ਰੁਪਏ ਦੀ ਵੱਧ ਰਾਸ਼ੀ ਜਾਰੀ ਕਰ ਦਿੱਤੀ ਹੈ ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਸਮਗਰ ਸਿੱਖਿਆ ਤਹਿਤ 2021-22 ਲਈ 40.26.5 ਲੱਖ ਰੁਪਏ ਦੀ ਇਹ ਗ੍ਰਾਂਟ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਵਿਕਾਸ ਲਈ ਜਾਰੀ ਕੀਤੀ ਗਈ ਹੈ ਜਿਸ ਵਿੱਚ ਸਾਰਾ ਕੁਝ ਹੀ ਸਕੂਲਾਂ ਚੋਂ ਬਦਲਿਆ ਜਾਵੇਗਾ ਜਿਆਦਾ ਜਾਣਕਾਰੀ ਲਈ ਤੁਸੀਂ ਕਿੰਨੀ ਕਿਹੜੇ ਜ਼ਿਲ੍ਹੇ ਨੂੰ ਪੈਸੇ ਮਿਲੇ ਨੇ ਚੈਨਲ ਤੇ ਪਾਈ ਹੋਈ ਵੀਡੀਓ ਵੀ ਦੇਖ ਸਕਦੇ ਹੋ ਆਮ ਆਦਮੀ ਵੱਲੋਂ ਕਾਂਗਰਸੀ ਵਰਕਰਾਂ ਤੇ ਹਮਲਾ ਕਰਨ ਦਾ ਲਜਾਮ ਰਾਜਪੁਰਾ ਚੋਂ ਲਾਇਆ ਧਰਨਾ ਅੱਜ ਰਾਜਪੁਰਾ ਦੇ ਫਹਾਰਾ ਚੌਂਕ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੀ ਆਗੂ ਨੀਨਾ ਮਿੱੱਤਲ ਦੀ ਅਗਵਾਈ ਦੇ ਵਿੱਚ ਕਾਂਗਰਸੀ ਵਿਧਾਇਕ ਹਰਦਿਆਲ ਕੰਬੂਜ ਦੇ ਖਿਲਾਫ ਧਰਨਾ ਲਾਇਆ ਗਿਆ ਤੇ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ ਨੀਨਾ ਮਿੱਤਲ ਨੇ ਕਿਹਾ ਕਿ ਬੀਤੇ ਦਿਨੀ ਪਿੰਡ ਨੀਲਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੀਟਿੰਗ ਹੋ ਰਹੀ ਸੀ ਉੱਥੇ ਆ ਕੇ ਕਾਂਗਰਸੀ ਨੌਜਵਾਨਾਂ ਵੱਲੋਂ ਆਪ ਪਾਰਟੀ ਦੇ ਵਰਕਰਾਂ ਤੇ ਹਮਲਾ ਕਰ ਦਿੱਤਾ ਗਿਆ ਸਾਲਾਨੀਆਂ ਲਈ ਅਹਿਮ ਖਬਰ ਪੰਜਾਬ ਸਰਕਾਰ ਨੇ ਦਿੱਤੀ ਇੰਟਰ ਸਟੇਟ ਬੱਸਾਂ ਚਲਾਉਣ ਲਈ ਹਿਮਾਚਲ ਨੂੰ ਮਨਜ਼ੂਰੀ ਜੈਰਾਮ ਠਾਕਰ ਦੀ ਸਰਕਾਰ ਨੇ ਹਿਮਾਚਲ ਅੰਦਰ ਆਪਣੇ ਸੂਬੇ ਦੀਆਂ ਬੱਸਾਂ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਜਿਸ ਨਾਲ ਮੁਸਾਫਰਾ ਨੂੰ ਰਾਹਤ ਮਿਲੀ ਆ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਹਿਮਾਚਲ ਦੀਆਂ ਬੱਸਾਂ ਨੂੰ ਪੰਜਾਬ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਦਿੱਤੀ ਗਈ ਹੈ ਟਰਾਂਸਪੋਰਟ ਮੈਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਪੰਜਾਬ ਵੱਲੋਂ ਹਿਮਾਚਲ ਦੀਆਂ ਬੱਸਾਂ ਨੂੰ ਸੂਬੇ ਦੇ ਵਿੱਚ ਦਾਖਲੇ ਦੀ ਮਨਜ਼ੂਰੀ ਦੇਣ ਦੇ ਨਾਲ ਨਾਲ ਨਿਜ਼ਮਾ ਨੂੰ ਮੁੱਖ ਤੌਰ ਤੇ ਰੱਖਿਆ ਗਿਆ ਹੈ ਬੇਅਦਬੀ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਮੰਗ ਪ੍ਰਕਾਸ਼ ਬਾਦਲ ਦਾ ਕਰਵਾਇਆ ਜਾਵੇ ਨਾਰਕੋ ਟੈਸਟ ਬੇਅਦਬੀ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਰਕੋ ਟੈਸਟ ਕਰਵਾਉਣ ਦੀ ਮੰਗ ਕੀਤੀ ਆ ਵਿਧਾਇਕ ਅਤੇ ਕਿਸਾਨ ਮੰਡ ਦੇ ਸੂਬਾਈ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਨੇ ਸੂਬੇ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਨੂੰ ਲੈ ਕੇ ਹੋ ਰਹੀ ਰਾਜਨੀਤੀ ਦੀ ਆਲੋਚਨਾ ਕੀਤੀ ਸੰਧਵਾ ਨੇ ਕਿਹਾ ਕਿ ਨਵੀਂ ਬਣਾਈ ਜਾਂਚ ਕਮੇਟੀ ਨੇ ਪ੍ਰਕਾਸ਼ ਬਾਦਲ ਨੂੰ ਮੁੜ ਤੋਂ ਤਲਬ ਕੀਤਾ ਪਿਛਲੀ ਜਾਂਚ ਕਮੇਟੀ ਨੇ ਵੀ ਬੁਲਾਇਆ ਸੀ ਉਹਨਾਂ ਨੇ ਕਿਹਾ ਕਿ ਇਹ ਸਭ ਦੋਸ਼ੀਆਂ ਨੂੰ ਬਚਾਉਣ ਲਈ ਕੇਵਲ ਜਾਂਚ ਪ੍ਰਕਿਰਿਆ ਦੇ ਨਾਂ ਤੇ ਕੈਪਟਨ ਸਰਕਾਰ ਦਾ ਨਾਟਕ ਹੈ ਇਹ ਸਭ ਕਰਨ ਦੀ ਥਾਂ ਬਦਲ ਦਾ ਨਾਰਕੋ ਟੈਸਟ ਕਰਵਾਇਆ ਜਾਣਾ ਚਾਹੀਦਾ ਤੇ ਜਾਂਚ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਹਮੇਸ਼ਾ ਲਈ ਖਤਮ ਹੋ ਜਾਵੇਗੀ 1 ਜੁਲਾਈ ਤੋਂ ਬਦਲ ਜਾਣਗੇ ਸਿੰਧੀ ਕੈਂਟ ਬੈਂਕ ਦੇ ਆਈ ਐਫ ਸੀ ਕੋਡ ਚੈੱਕ ਬੁੱਕ ਵੀ ਹੋ ਜਾਵੇਗੀ ਬੇਕਾਰ ਜੇਕਰ ਤੁਹਾਡਾ ਵੀ ਖਾਤਾ ਤਾਂ 1 ਜੁਲਾਈ 2021 ਤੋਂ ਪਹਿਲਾਂ ਸਾਰਾ ਕੁਝ ਤੁਸੀਂ ਨੋਟ ਕਰ ਲਓ ਜੀ 7 ਸੰਮੇਲਨ ਤੋਂ ਬੁਖਲਾਇਆ ਚੀਨ ਕਿਹਾ ਹੁਣ ਛੋਟੇ ਦੇਸ਼ ਦੁਨੀਆ ਤੇ ਨਹੀਂ ਕਰਦੇ ਰਾਜ ਦੱਖਣ ਪੱਛਮੀ ਇੰਗਲੈਂਡ ਦੇ ਕਾਰਬਿਸ ਬੇ ਵਿੱਚ ਸ਼ੁੱਕਰਵਾਰ ਨੂੰ ਹੋਈ ਜੀ 7 ਦੇਸ਼ਾਂ ਦੀ ਸੰਮੇਲਨ ਵਿੱਚ ਚੀਨ ਬੁਰੀ ਤਰ੍ਹਾਂ